ਅਸਲਾਮ ਵਾਲੇਕੁਮ, ਮੈਂ ਤੁਹਾਡੇ ਨਾਲ ਪੰਜਾਬੀ ਸ਼ਾਇਰੀ ਸ਼ੇਅਰ ਕਰ ਰਿਹਾ ਵਾਂ ਕੁਝ ਦਿਨਾਂ ਤੋਂ। ਮੇਰਾ ਮਕਸਦ ਇਹ ਕਿ ਮੈਂ ਆਪਣੀ ਕਿਤਾਬ ਦੇ ਬਾਰੇ 'ਚ ਨਾ ਉਹਨੂੰ ਥੋੜ੍ਹਾ ਜਿਹਾ ਸੇਵ ਕਰ ਲਵਾਂ। ਅਤੇ ਪਹਿਲੇ ਪੰਜਾਬੀ ਦੇ ਇੱਕ ਗਜ਼ਲ ਹੈ ਕਿ ਸਾੜ ਕੇ ਕੋਲਾ ਕਰ ਛੱਡਿਆਈ, ਇੱਕ ਹੀ ਠੋਲਾ ਕਰ ਛੱਡਿਆਈ, ਸਾੜ ਕੇ ਕੋਲਾ ਕਰ ਛੱਡਿਆਈ, ਇੱਕ ਹੀ ਠੋਲਾ ਕਰ ਛੱਡਿਆਈ, ਸੁਰਮੇ ਵਾਂਗ ਸਾਂ ਅੱਖ ਵਿੱਚ ਰਹਿੰਦੇ, ਕੱਖੋਂ ਔਲਾ ਕਰ ਛੱਡਿਆਈ, ਔਰ ਜਦ ਤਾਂ ਟੁਰ ਪਰਦੇਸ਼ ਗਿਆ ਹੈ, ਜਦ ਤਾਂ ਟੁਰ ਪਰਦੇਸ਼ ਗਿਆ ਹੈ, ਘਰ ਖੋਲਾ ਕਰ ਛੱਡਿਆਈ, ਸਾੜ ਕੇ ਕੋਲਾ ਕਰ ਛੱਡਿਆਈ, ਇੱਕ ਹੀ ਢੋਲਾ ਕਰ ਛੱਡਿਆਈ। ਅਤੇ ਦੋ ਸ਼ੇਰ ਹੋਰ ਸੁਣਾ ਰਿਹਾ ਪੰਜਾਬੀ ਦੇ ਕਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਵੇਖਾਂਗੇ, ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਵੇਖਾਂਗੇ, ਅੱਗ ਇਸ਼ਕ ਦੀ ਅੰਦਰ ਲਾ ਕੇ ਸੇਕਾਂਗੇ। ਸਾਰੇ ਕਹਿੰਦੇ ਰੱਬ ਦਿਲਾਂ ਵਿੱਚ ਵੱਸਦਾ ਏ, ਸਾਰੇ ਕਹਿੰਦੇ ਰੱਬ ਦਿਲਾਂ ਵਿੱਚ ਵੱਸਦਾ ਏ, ਹੁਣ ਅਸੀਂ ਨਾ ਕਾਬੇ ਜਾ ਕੇ ਵੇਖਾਂਗੇ। ਅੱਜ ਤੇ ਪੰਜਾਬੀ ਦਾ ਕਲਾਮ ਇੰਨਾ ਹੀ ਹੈ, ਅਤੇ ਇਨਸ਼ਾਅੱਲਾ ਇਹ ਸਿਲਸਿਲਾ ਜਾਰੀ ਰਹੇਗਾ। ਇਹ ਮੇਰੀ ਕਿਤਾਬ ਹੈ ਇਕਲਾਪਾ, ਉਹਦੇ ਵਿੱਚੋਂ ਮੈਂ ਤੁਹਾਨੂੰ ਚੀਜ਼ਾਂ ਸ਼ੇਅਰ ਕਰ ਰਿਹਾ, ਅਤੇ ਇਨਸ਼ਾਅੱਲਾ ਬਹੁਤ ਜਲਦ ਮਾਰਕੀਟ ਵਿੱਚ ਆ ਜਾਏਗੀ। ਅੱਲਾ ਪਾਕ ਸਲਾਮਤ ਰੱਖੇ ਸਾਨੂੰ ਸਾਰਿਆਂ ਨੂੰ, ਔਰ ਜ਼ਿੰਦਗੀ ਗੁਜ਼ਾਰਨੇ ਦਾ ਤਰੀਕਾ ਸਲੀਕ ਔਰ ਕਰੀਨਾ ਤਾ ਫਰਮਾਏ। ਆਮੀਨ।